ਜਗਬਾਣੀ ਦੇਖਣ ਵਾਲੇ ਸਾਰੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਗੁਰਲੀਨ ਚੋਪੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਮੀਕਸ਼ਾ ਸਿੰਘ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਇਹਦੇ ਵਿੱਚ ਮੈਂ ਲੰਡਨ ਦੀ ਲੜਕੀ ਦੇ ਕਿਰਦਾਰ ਵਿੱਚ ਹਾਂ, ਜਿਹਨੇ ਕਦੀ ਇੰਡੀਆ ਨਹੀਂ ਦੇਖਿਆ, ਜਿਹਨੇ ਕਦੀ ਪੰਜਾਬ ਨਹੀਂ ਦੇਖਿਆ। ਸੋ ਉਹਦੇ ਜਿਹੜੇ ਮਦਰ ਹੈ ਉਹ ਪੰਜਾਬ ਤੋਂ ਹੈ, ਬਟ ਫਾਦਰ ਉਹਦੇ ਬ੍ਰਿਟਿਸ਼ਰ ਹੈ। ਸੋ ਦੋਨਾਂ ਦਾ ਮਿਕਸਚਰ ਹੈ। ਔਰ ਕਿਵੇਂ ਲੰਡਨ 'ਚ ਰਹਿੰਦੀ, ਉਹਦੀ ਫੈਮਿਲੀ ਸੈਪਰੇਟ ਹੋ ਚੁੱਕੀ ਹੈ, ਫਾਦਰ ਮਦਰ ਇੱਕ ਦੂਜੇ ਤੋਂ ਸੈਪਰੇਟ ਹੈ, ਉਹਦਾ ਆਪਣਾ ਰਿਲੇਸ਼ਨਸ਼ਿਪ ਸੀਗਾ, ਉਹਦੇ 'ਚੋਂ ਉਹਦਾ ਬ੍ਰੇਕਅਪ ਹੋ ਚੁੱਕਾ ਹੈ। ਸੋ ਕਿਹੜੀਆਂ ਕਿਹੜੀਆਂ ਪ੍ਰੋਬਲਮ ਨਾਲ ਉਹ ਜੂਝ ਰਹੀ ਹੈ, ਔਰ ਬਟ ਫਿਰ ਵੀ ਬੜੀ ਕੌਨਫੀਡੈਂਟ ਹੈ, ਬੜੀ ਬੋਲਡ ਹੈ ਉਹ ਕੁੜੀ, ਆਪਣੇ ਸੰਸਕਾਰਾਂ ਨਾਲ ਜੁੜੀ ਹੋਈ ਹੈ, ਸੱਭਿਅਤਾ ਨਾਲ, ਵਿਰਸੇ ਨਾਲ ਜੁੜੀ ਹੋਈ ਹੈ। ਸੋ ਜੋਬ ਵੀ ਕਰਦੀ ਹੈ, ਜੋਬ ਤੋਂ ਬਾਅਦ ਫਿਰ ਥੀਏਟਰ ਵੀ ਕਰਦੀ ਹੈ, ਪੰਜਾਬੀ ਥੀਏਟਰ। ਅਤੇ ਬਹੁਤ ਹੀ ਖੂਬਸੂਰਤ ਕਿਰਦਾਰ ਹੈ ਅਮਰੀਕ ਜੀ ਨੇ, ਅਮਰੀਕ ਗਿੱਲ ਜੀ ਨੇ ਜੋ ਲਿਖਿਆ, ਉਹ ਮੈਨੂੰ ਡਾਇਲੋਗਸ ਮੇਰੇ ਹਿੱਸੇ ਆਏ, ਬਹੁਤ ਹੀ ਪਿਆਰਾ ਕਿਰਦਾਰ ਹੈ। ਮੇਰਾ ਕੈਰੈਕਟਰ ਅੱਜ ਦੇ ਯੂਥ ਨੂੰ, ਅੱਜ ਦੀ ਪੰਜਾਬ ਦੀ ਕੁੜੀਆਂ ਨੂੰ ਰਿਪ੍ਰਜੈਂਟ ਕਰਦਾ ਹੈ। ਐਜ਼ ਅ ਸਿਰਫ ਆਪਾਂ ਪੰਜਾਬੀ ਕੁੜੀਆਂ ਨਹੀਂ, ਅੱਜ ਦੀ ਕੁੜੀਆਂ ਐਸ ਸੱਚ ਜਿੱਦਾਂ ਬਹੁਤ ਫੋਕਸਡ ਹੁੰਦੀਆਂ ਨੇ ਲਾਈਫ ਵਿੱਚ, ਕੁਛ ਕਰਨਾ ਚਾਹੁੰਦੀਆਂ, ਹਰ ਫੀਲਡ 'ਚ ਮੁੰਡਿਆਂ ਤੋਂ ਅੱਗੇ ਵੱਧ ਚੜ ਕੇ ਜਾ ਰਹੀਆਂ। ਉਹਨਾਂ ਅੱਜ ਅਸੀਂ 10th ਦਾ ਰਿਜ਼ਲਟ ਦੇਖਿਆ, IAS ਦਾ ਰਿਜ਼ਲਟ ਦੇਖਿਆ, ਕੁੜੀਆਂ ਹੀ ਅੱਗੇ ਹੁੰਦੀਆਂ ਨੇ। ਉੱਦਾਂ ਦੀ ਕੁੜੀ ਮੈਂ ਰਿਪ੍ਰਜੈਂਟ ਕਰਦੀ ਹਾਂ। ਅਤੇ ਜਿੱਦਾਂ ਰੋਸ਼ਨ ਅਤੇ ਮੈਂ ਕਾਲਜ ਦੇ ਇੱਕੋ ਹੀ ਕਲਾਸ 'ਚ ਪੜ੍ਹਦੇ ਹਾਂ, ਸਟੂਡੈਂਟਸ ਹਾਂ, ਪਰ ਰੋਸ਼ਨ ਆਮ ਮੁੰਡਿਆਂ ਵਰਗਾ ਜਿੱਦਾਂ ਕੁੜੀ ਦੇ ਪਿੱਛੇ ਵੀ ਨਾ, ਮਤਲਬ ਚੇਪ ਹੋਇਆ ਹੋਇਆ ਆਪਣੇ ਆਪ ਨੂੰ ਸੋਚਦਾ ਕਿ ਕੁੜੀ ਮੇਰੇ ਤੋਂ ਪੱਟ ਗਈ ਹੈ, ਲੋਕਾਂ ਨੂੰ ਵੀ ਫੈਲਾਇਆ ਹੋਇਆ, ਪਰ ਕੁੜੀ ਦੇ ਮਨ 'ਚ ਇੱਦਾਂ ਦੇ ਉਹਦੇ ਲਈ ਕੋਈ ਫੀਲਿੰਗਸ ਨਹੀਂ ਹੈ। ਤਾਂ ਇੱਦਾਂ ਦਾ ਉਹਨਾਂ ਦੀ ਨੋਕ ਝੋਂਕ ਚੱਲਦੀ ਰਹਿੰਦੀ ਹੈ, ਅਤੇ ਫਾਈਨਲੀ ਇਹ ਕੁੜੀ ਆਪਣਾ ਮਕਸਦ ਅਚੀਵ ਕਰ ਲੈਂਦੀ ਹੈ ਇਹਨਾਂ ਸਾਰੀ ਡਿਸਟਰੈਕਸ਼ਨਸ ਦੇ ਹੁੰਦੇ ਹੋਏ ਵੀ, ਅਤੇ ਇੱਕ IPS ਆਫਿਸਰ ਬਣਦੀ ਹੈ। ਗੁਰਲੀਨ ਇਜ਼ ਵੈਰੀ ਫੋਕਸਡ ਇਨ ਲਾਈਫ, ਸ਼ੀ ਨੋਜ਼ ਵਟ ਸ਼ੀ ਵਾਂਟਸ ਐਂਡ ਸ਼ੀ ਸਟੈਂਡਸ ਫੋਰ ਹਰ ਸੈਲਫ। ਬਹੁਤ ਹੀ ਬੋਲਡ ਕੁੜੀ ਹੈ ਮੈਂ ਕਹਾਂਗੀ ਗੁਰਲੀਨ, ਆਈ ਰੀਅਲੀ ਲਾਈਕ ਹਰ ਐਂਡ ਸ਼ੀ ਇਜ਼ ਰੀਅਲੀ ਪ੍ਰਿਟੀ, ਬਹੁਤ ਬਾਬੀ ਡੋਲ ਲੱਗਦੀ ਹੈ। ਸਮੀਕਸ਼ਾ ਬੜੀ ਕਾਮ ਹੈ ਕੁੜੀ, ਬੜੀ ਸਵੀਟ ਲੱਗੀ ਮੈਨੂੰ ਇਹਦੀ ਨੇਚਰ। ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਮੇਰੀ ਬਣੇਗੀ ਨਹੀਂ ਸਮੀਕਸ਼ਾ ਦੇ ਨਾਲ, ਕਿਉਂਕਿ ਮੈਂ ਬੜੀ ਜਿੱਦਾਂ ਕਹਿ ਲਓ ਬੜੀ ਮੈਂ ਜਿੱਦੀ ਟਾਈਪ ਹਾਂ, ਬੜੀ ਮੈਂ ਅੜੀਅਲ ਟਾਈਪ ਕਹਿ ਲਓ ਤੁਸੀਂ, ਬੜੀ ਫਸੀ ਹਾਂ। ਹੁਣ ਜਦੋਂ ਅਸੀਂ ਦੋਨੋਂ ਇੱਕੋ ਕਾਰ 'ਚ ਟਰੈਵਲ ਕਰਦੇ ਹਾਂ, ਇਹ ਇੰਨੀ ਵਿਚਾਰੀ ਸਵੀਟ ਜੀ ਕੁੜੀ ਹੈ, ਕੋਈ ਹੋਰ ਹੁੰਦੀ ਨਾ ਉਹ ਕਹਿੰਦੀ ਮੈਨੂੰ ਮੇਰੀ ਗੱਡੀ ਚੇਂਜ ਕਰ ਦਿਉ। ਮਤਲਬ ਜਦੋਂ ਮੈਂ ਅਸੀਂ ਚੰਡੀਗੜ੍ਹ ਤੋਂ ਤੁਰਨਾ, ਚਾਹੇ ਅਸੀਂ ਗੰਗਾਨਗਰ ਤੱਕ ਜਾਣਾ, ਚਾਹੇ ਅਸੀਂ ਐਂਡ ਤੱਕ ਜਾਣਾ ਪੰਜਾਬ ਦੇ, ਮੈਂ ਗਾਣੇ ਹੀ ਸੁਣਦੀ ਜਾਣਾ। ਇਹ ਵਿਚਾਰੀ ਦਾ ਕਦੀ ਸਿਰ ਵੀ ਦੁਖਦਾ, ਕਹਿੰਦੀ ਗੁਲੀਨ ਬੰਦ ਕਰ ਦੇ ਯਾਰ, ਮੇਰਾ ਸਿਰ ਦਰਦ ਹੋ ਰਿਹਾ। ਔਰ ਮੈਂ ਇੰਨੀ ਬੇਵਕੂਫ ਇਨਸਾਨ ਹਾਂ, ਮੈਨੂੰ ਕੋਈ ਇੱਥੇ ਪਿਆਰ ਨਹੀਂ ਆਉਂਦਾ, ਤਰਸ ਨਹੀਂ ਆਉਂਦਾ, ਮੈਂ ਗਾਣੇ ਹੌਲੀ ਕਰ ਦਿੰਦੀ ਹਾਂ ਪਰ ਮੈਂ ਬੰਦ ਨਹੀਂ ਕਰਦੀ। ਫਿਰ ਇੱਕ ਦਿਨ ਕੀ ਹੋਇਆ, ਸੇਮ ਥਿੰਗ ਮੇਰੇ ਨਾਲ ਹੋ ਗਈ, ਮੇਰਾ ਸਿਰ ਦੁਖਣਾ ਸ਼ੁਰੂ ਹੋ ਗਿਆ। ਐਂਡ ਮੈਨੂੰ ਉਸ ਦਿਨ ਇੰਨਾ ਹੋਰ ਜ਼ਿਆਦਾ ਪਿਆਰ ਹੋ ਗਿਆ, ਮੈਂ ਕਿਹਾ ਇੰਨੀ ਵਿਚਾਰੀ ਵਧੀਆ ਕੁੜੀ ਹੈ, ਔਰ ਮੈਂ ਗਾਣੇ ਬੰਦ ਕਰਤੇ। ਇਹਨੇ ਮੈਨੂੰ ਪੁੱਛਿਆ ਨਾ ਗਾਣੇ ਬੰਦ ਕਰਤੇ, ਤੂੰ ਤਾਂ ਮਿਊਜ਼ਿਕ ਤਾਂ ਬਿਨਾਂ ਰਹਿੰਦੀ ਨਹੀਂ ਹੈ। ਮੈਂ ਕਹਿੰਦੀ ਮੇਰਾ ਸਿਰ ਦਰਦ ਹੋ ਰਿਹਾ, ਮੈਂ ਸੈਰੀਡੋਨ ਖਾਧੀ ਹੈ। ਇਹ ਫਿਲਮ ਕਰਨ ਦਾ ਰੀਜ਼ਨ ਸਭ ਤੋਂ ਵੱਡਾ ਤਾਂ ਅਮਰੀਕ ਗਿੱਲ ਜੀ, ਸਪੈਸ਼ਲੀ ਗੱਲ ਫਿਲਮ ਦਾ ਨਾਮ ਕਿਰਪਾਨ ਹੈ ਜੋ ਸਾਡੇ 5 ਕੱਕਿਆਂ ਵਿੱਚੋਂ ਆਉਂਦੀ ਹੈ। ਇਹ ਫਿਲਮ ਕਰਕੇ ਮੈਨੂੰ ਲੱਗਦਾ ਮੈਂ ਆਪਣੇ ਪੇਰੈਂਟਸ ਨੂੰ ਬੜਾ ਪ੍ਰਾਊਡ ਫੀਲ ਕੀਤਾ। ਕੱਲ੍ਹ ਨੂੰ ਆਫਟਰ ਮੈਰਿਜ ਜਦੋਂ ਮੇਰੇ ਬੱਚੇ ਹੋਣਗੇ, ਉਹ ਵੀ ਬੜਾ ਪ੍ਰਾਊਡ ਫੀਲ ਕਰਨਗੇ ਕਿ ਸਾਡੀ ਮਾਂ ਇਹੋ ਜਿਹੀ ਫਿਲਮ ਦਾ ਇੱਕ ਪਾਰਟ ਬਣੀ ਸੀ, ਆਪਣੇ ਵਿਰਸੇ ਨਾਲ ਜੁੜੀ, ਵਿਰਾਸਤ ਨਾਲ ਜੁੜੀ। ਔਰ ਜਦੋਂ ਸਾਡੀ ਬੀਇੰਗ ਆ ਪੰਜਾਬੀ ਐਕਟਰੈਸ, ਮੇਰੀ ਡਿਊਟੀ ਬਣਦੀ ਹੈ ਕਿ ਪੰਜਾਬੀ ਫਿਲਮਾਂ 'ਚ ਮੈਂ ਅੱਛਾ ਕੰਮ ਕਰਾਂ, ਜਿਹੜੀ ਮੇਰੀ ਫੈਨ ਫੋਲੋਇੰਗ ਹੈ, ਆਡੀਅੰਸ ਹੈ, ਉਹਨਾਂ ਨੂੰ ਮੈਂ ਅੱਛੇ ਸਬਜੈਕਟ ਦੇਵਾਂ, ਅੱਛੀ ਪਰਫੋਰਮੈਂਸ ਦੇਵਾਂ। ਬਹੁਤ ਅੱਛਾ ਲੱਗਿਆ, ਕਿਉਂਕਿ ਆਪਣੇ ਆਪ ਵਿੱਚ ਇੱਕ ਕੰਪਲੀਟ ਫਿਲਮ ਹੈ, ਇੱਕ ਐਂਟਰਟੇਨਮੈਂਟ ਹੈ, ਮੈਸੇਜ ਹੈ, ਸਾਡੇ ਵਿਰਸੇ ਨਾਲ ਜੁੜੀ ਹੋਈ ਹੈ, ਇੰਨੇ ਸਾਰੇ ਐਲੀਮੈਂਟਸ ਨੇ, ਅਤੇ ਇੱਕ ਪ੍ਰੋਪਰ ਟੀਮ ਹੈ, ਬੈਸਟ ਡਾਇਰੈਕਟਰ, ਹੀ ਇਜ਼ ਦ ਬੈਸਟ ਰਾਈਟਰ, ਉਹਨਾਂ ਨੂੰ ਅਵਾਰਡਸ ਮਿਲ ਚੁੱਕੇ ਨੇ, ਹਮ ਦਿਲ ਦੇ ਚੁੱਕੇ ਸਨਮ ਲਈ। ਪ੍ਰੋਡਿਊਸਰਸ ਇੰਨੇ ਅੱਛੇ ਨੇ ਸਾਡੇ, ਉਹਨਾਂ ਨੇ ਕਿਸੇ ਵੀ ਚੀਜ਼ 'ਤੇ ਕੋਈ ਕਮੀ ਨਹੀਂ ਰਹਿਣ ਦਿੱਤੀ, ਨੋਇੰਗਲੀ ਕਿ ਪੰਜਾਬੀ ਫਿਲਮ ਦਾ ਬਜਟ ਘੱਟ ਹੁੰਦਾ ਹੈ, ਉਹਨਾਂ ਇੰਨਾ ਫਿਰ ਵੀ ਉਹਨਾਂ ਨੇ ਇੰਨਾ ਵੱਡਾ ਸੈਟਅਪ, ਇੰਨਾ ਵੱਡਾ ਪੀਰੀਅਡ ਕ੍ਰੀਏਟ ਕੀਤਾ, 1800 ਸਮਥਿੰਗ ਤੋਂ 2000 ਦਾ ਪੀਰੀਅਡ ਸੀਗਾ, ਵਿੱਚ ਜਨਰੇਸ਼ਨਸ ਦਿਖਾਈਆਂ ਨੇ, 2-3 ਜਨਰੇਸ਼ਨ ਦੀ ਸਟੋਰੀ ਹੈ, ਤਾਂ ਆਈ ਥਿੰਕ ਇਟ ਵਾਜ਼ ਸੱਚ ਅ ਬਿਗ ਸੈਟਅਪ। ਮੇਰੇ ਕੋ ਸਟਾਰਸ ਬੜੇ ਅੱਛੇ ਸੀ, ਕੁਲਭੂਸ਼ਣ ਖਰਬੰਦਾ ਵਰਗੇ, ਸੁਨੀਤਾ ਧੀਰ, ਸ਼ਿਵਿੰਦਰ ਮਹਾਲ, ਆਈ ਮੀਨ ਹੋਲ ਪੈਕੇਜ ਵਾਜ਼ ਸੋ ਟੈਂਪਟਿੰਗ ਕਿ ਮੈਂ ਇਸ ਫਿਲਮ ਨੂੰ ਕਦੇ ਨਾ ਕਰ ਹੀ ਨਹੀਂ ਸਕਦੀ ਸੀ। ਵੈਜੀਟੇਰੀਅਨ 'ਚ ਰਾਜਮਾ ਚਾਵਲ, ਨੋਨ ਵੈਜ ਚਿਕਨ ਕਰੀ ਵਿਦ ਰਾਈਸ, ਫੇਵਰੇਟ ਫੂਡ ਫਿਸ਼ ਕਰੀ ਐਂਡ ਗ੍ਰਿਲ ਫਿਸ਼ ਟੂ। ਨੁਸਰਤ ਫਤਿਹ ਅਲੀ ਖਾਨ ਜੀ ਦੇ ਕਵਾਲੀਆਂ,
म्यूजिक सूफी म्यूजिक सूफियाना म्यूजिक। ऋतिक रोशन, सलमान खान, सनी देओल और पंजाबी च मेरे पुराने चों वरिंदर जी ते गुगू गिल और नवियां विचों बब्बू मान। सिटी इंडिया इज चंडीगढ़ द मोस्ट ब्यूटीफुल प्लेस इन इंडिया इट इज आई थिंक इन एशिया। दैन लंडन इज़ माई फेवरेट, मैं साल च दो बार लंडन आई थिंक जरूर जाती हाँ। इंडिया विचों चंडीगढ़ जिथे मेरा बर्थ होया, सो मेरे लिए तो ही स्वर्ग है। एंड अब्रॉड विचों न्यूजीलैंड। गड्डी आई एम नॉट वेरी फसी अबाउट बिग कार्स बट आई रियली लव बुगाटी। फेवरेट गड्डी मेरी हैगी है मेरी ड्रीम कार फरारी रेड कलर दी जो मैं बहुत जल्दी बाय कर लेनी है 4-5 सालों के अंदर अंदर। आउटफिट मैं जीन्स ज़्यादा कंफर्टेबल फील करती हूँ बट जो तो मैं मोस्टली ट्रैक पेंट वगैरह भी सूट भी सारे मैं कहते बहुत सोहना लगता बट मैं थोड़ा घट ही पाँनी हाँ जीन्स एंड टॉप। पंजाबी इंडस्ट्री च मनमोहन सिंह जी जिन्हां नाल मेरी लास्ट फिल्म अज दे रांझे आई सी और अमरीक गिल दोनों हुण तक जिन्हां नाल मैं काम कीता है। हिंदी विचों यश चोपड़ा जी जिन्हां नाल काम करन दा मौका नहीं मिल पाया ते अज दे डायरेक्टर्स चों इम्तियाज अली। डायरेक्टर आई हैव लॉट ऑफ डायरेक्टर्स माई ड्रीम डायरेक्टर्स मैं जिन्हां नाल काम करना चाहवांगी सब तो पहला इम्तियाज अली, राजू हिरानी, मनी रत्नम दे असिस्टेंट नाल मैं पहला काम कीता है द होल मनी रत्नम टीम उन्हां नाल मेरी फर्स्ट तमिल मूवी सीगी वह भी मेरे फेवरेट ने। एंड बाहर दे माजिद मजीदी ईरानियन डायरेक्टर ने आई मीन लॉट ऑफ डायरेक्टर्स लाइक सारे एक्टर्स आई थिंक ड्रीम होंदा है वड्डे तो वड्डे डायरेक्टर नाल काम करो। इदां दा कोई सपना नहीं है पर आई जस्ट जेड़ा मैं काम करती हाँ उसते पूरा फोकस जो के करती हाँ तो छोटे छोटे स्टेप बाय स्टेप ड्रीम लेंदी हाँ उस तो बाद एक ड्रीम पूरा होंदा तो दूजा लेंदी हाँ मैं। मेरा सपना यह है कि मैं श्रीदेवी वर्गी एक फिल्म करा सदमा। पेरेंट्स बारे मेरे मॉम पंजाब सेक्रेटेरिएट विच जॉब करते सी हुणे हुणे रिटायर्ड होए ने ते माय डैड इज़ अ बिजनेसमैन उन्हां दा दूर दूर तक इस इंडस्ट्री इवन माय डिस्टेंट रिलेटिव्स आल्सो कोई भी इस इंडस्ट्री तो बिलोंग नहीं करता सी तां दे वर वेरी इंट्रोवर्ट नहीं कह सकते पर डरते सी कि पता नहीं किद्दां दी इंडस्ट्री है की होएगा अपनी बेटी नू अलाउ करना चाहिदा है कि नहीं। फिर इनिशियली मैनू अपने घर तो बाहर निकलन लई स्ट्रगल करनी पई कि वो कहंदे सी तैनू इन्ना पढ़ाया लिखाया आई एम क्वालिफाइड इलैक्ट्रॉनिक्स इंजीनियर एंड दैन आई हैव डन एम ए इन इंग्लिश लिटरेचर एंड ड्रामा तो वो चाहते सी कि मैं इदां दी कोई वाइट कॉलर जॉब करा या कुछ अपना काम करा। समीक्षा कदों ब्याह कर रही है? ब्याह पहले प्यार तो हो जाए मैनू लाइफ विच। अच्छा पर्सनल ना पूछ मैं भी पूछने तेरे तो पर कोई ना पूछ ली। एंड आज तो 5 साल बाद समीक्षा अपने आप नू किथे देखना चाहती है? मैं चाहती हाँ मैनू होर लाइफ विच जिदा एवरीडे लाइफ तुहानू टीच करती है कोई ना कोई लैसन। लास्ट ईयर भी मेरे लिए बहुत वड्डा लर्निंग एक्सपीरियंस सी मैं अपनी माँ बोली विच काम करना शुरू किया बैक टू मैं लग्या मैं अपने घर वापस आ गई हाँ तो बहुत ही किन्नी चीज़ा सीखियाँ मैं एवरी ईयर इज़ अ डिफरेंट एक्सपीरियंस। इदा मैं चाहती हाँ 5 साल बाद भी होर वधिया एक्सपीरियंस हो मैनू होर विजडम आए ठीक गलत दी नॉलेज होए तो प्रोफेसनली भी एक होर उच्चे मुकाम पर पहुँचा। मैं थोड़ा दस देना चाहनी कि 5 साल बाद इनू नहीं पता इन्हें कितने होना पर मैं पता इन्हें प्रोड्यूसर होना है सो इनू मैं पूछना चाहनी कि 5 साल बाद मेरा काम करूँगी एज अ प्रोड्यूसर। मैं नहीं पता मैं प्रोड्यूसर होवगी कि नहीं पर जो होवगी तो डेफिनेटली गुलीन मतलब तेन लगता कि मैं जो तुम फिल्म बनाऊंगी या डायरेक्टर लोगे मैं उस फिल्म च लै सकते हो? मैं तेरे लिए स्टोरी लिखवा देनी है स्पेशल। ठीक है फिर मैं विश कर दी कि समीक्षा आई तो 5 साल बाद साड़ी पंजाबी की बॉलीवुड की फिल्म प्रोड्यूस करे वधिया डायरेक्टर लैके उस गुरलीन चोपड़ा ही हीरोइन लवे। अच्छा तुहानू लाइफ विच हले तक ट्रू लव मिलिया? मैनू मिलिया सी मैं झूठ कदी बोलती भी नहीं और मैं कैमरे मोरे भी क्यों ना क्यों बोला मैनू मिलिया सी बट साड़ा ब्रेकअप हो गया नहीं बनी मैं मिलिया सी कुछ देर रहा भी मेरी लाइफ च।
ਬਟ ਅਨਫੋਰਚੁਨੇਟਲੀ ਸ਼ਾਇਦ ਰੱਬ ਨੂੰ ਨਹੀਂ ਸੀ ਪਸੰਦ ਕਿ ਅਸੀਂ ਇਕੱਠੇ ਰਹੀਏ। ਸੋ ਮੈਂ ਬੜੀ ਕੋਨਫੀਡੈਂਟ ਹਾਂ, ਮੈਨੂੰ ਪਤਾ ਵੀ ਜੋ ਹੁੰਦਾ ਚੰਗੇ ਲਈ ਹੁੰਦਾ, ਉਹ ਬਣਿਆ ਨਹੀਂ ਹੋਣਾ ਲੈਕ ਮੇਰੇ ਲਈ, ਉਸ ਤੋਂ ਵਧੀਆ ਆਊਗਾ, ਇਸ ਕਰਕੇ ਉਹ ਚਲਾ ਗਿਆ। ਅਤੇ ਤੁਹਾਡਾ ਗ੍ਰੇਟੈਸਟ ਫੀਅਰ ਕੀ ਹੈ, ਕਿਸ ਚੀਜ਼ ਤੋਂ ਤੁਸੀਂ ਡਰਦੇ ਹੋ? ਮੈਂ ਆਪਣੀ ਫੈਮਿਲੀ ਤੋਂ ਦੂਰ ਹੋਣ ਤੋਂ ਡਰਦੀ ਹਾਂ। ਜੇ ਤੁਸੀਂ ਇੱਕ ਡਿਜ਼ਰਟਿਡ ਆਈਲੈਂਡ 'ਤੇ ਚਲੇ ਜਾਓ ਜਿੱਥੇ ਤੁਹਾਡੇ ਕੋਲ ਕੁਛ ਵੀ ਨਹੀਂ ਹੈਗਾ, ਕਿਹੜੀ ਤਿੰਨ ਸਾਰੇ ਲੋਕ ਇਹੀ ਪੁੱਛਦੇ? ਕੋਈ ਗੱਲ ਨਹੀਂ, ਦਿਸ ਇਜ਼ ਵੈਰੀ ਇੰਪੋਰਟੈਂਟ ਥਿੰਗ, ਤੁਹਾਨੂੰ ਲਾਈਫ ਦੀ ਪ੍ਰਾਇਰਿਟੀਜ਼ ਪਤਾ ਚੱਲਦੀਆਂ ਨੇ, ਜਾਂ ਔਰ ਆਈ ਕੈਨ ਸੇ ਕਿ ਵਟਸ ਯੋਅਰ ਪ੍ਰਾਇਰਿਟੀ ਇਨ ਲਾਈਫ, ਇਟਸ ਫੇਮ, ਮਨੀ ਔਰ ਫੈਮਿਲੀ, ਲਵ, ਕੀ ਤੁਹਾਨੂੰ ਕਿੱਦਾਂ ਪ੍ਰਾਇਰਟਾਈਜ਼ ਕਰਦੇ ਹੋ ਆਪਣੀ ਲਾਈਫ ਨੂੰ ਤੁਸੀਂ? ਫਸਟ ਫੈਮਿਲੀ, ਫਿਰ ਪਿਆਰ, ਫਿਰ ਸ਼ੌਹਰਤ, ਫਿਰ ਪੈਸਾ। ਕਿਉਂਕਿ ਪੈਸਾ ਸ਼ੌਹਰਤ ਨੂੰ ਫੋਲੋ, ਘਰਦਿਆਂ ਨੂੰ ਫੋਲੋ ਕਰਦਾ ਪਿਆਰ, ਪਿਆਰ ਨੂੰ ਫੋਲੋ ਕਰਦੀ ਹੈ ਸ਼ੌਹਰਤ, ਸ਼ੌਹਰਤ ਨੂੰ ਫੋਲੋ ਕਰਦਾ ਪੈਸਾ। ਇੰਜ ਤੇਰਾ ਮੇਰਾ, ਮੇਰਾ ਤੇਰਾ, ਅਹਿਸਾਸ ਦਾ ਰਿਸ਼ਤਾ। ਮੈਂ ਆਮ ਆਲਸੋ ਵੈਰੀ ਬੈਡ ਸਿੰਗਰ, ਮੈਂ ਬਸ ਇੱਕ ਓਮਕਾਰ ਸਤਨਾਮ ਤੋਂ ਇਲਾਵਾ ਕੁਛ ਨਹੀਂ ਗਾਉਂਦੀ, ਗਾਉਂਦੀ ਨਹੀਂ, ਆਮੀਨ, ਕੁਛ ਹੋਰ ਜ਼ਿਆਦਾ ਨਹੀਂ ਬੋਲਦੀ। ਮੈਸੇਜ ਇਹੀ ਹੈ ਜੀ ਸਾਰੀ ਆਡੀਅੰਸ ਨੂੰ, ਜਗਬਾਣੀ ਦੇਖਣ ਵਾਲੇ ਦਰਸ਼ਕਾਂ ਨੂੰ, ਮੈਂ ਆਪਣੇ ਐਕਸਪੀਰੀਅੰਸ ਤੋਂ ਮੈਂ ਕਿਸੇ ਨੂੰ ਕੀ ਮੈਸੇਜ ਦੇਣਾ, ਮੈਂ ਤਾਂ ਆਪ ਲੋਕਾਂ ਤੋਂ ਮੈਸੇਜ ਲੈਂਦੀ ਹਾਂ, ਸਿੱਖ ਲੈਂਦੀ ਹਾਂ, ਬਸ ਇੰਨਾ ਹੀ ਕਹਾਂਗੀ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਪਸੰਦ ਕਰਦੇ ਹੋ, ਤਾਂ ਇੰਨੀ ਕੁ ਗੱਲ ਮੇਰੀ ਜ਼ਰੂਰ ਸੁਣਿਓ ਵੀ ਕਦੇ ਵੀ ਆਪਣੇ ਸੁਪਨੇ ਕਿਸੇ ਲਈ ਵੀ ਨਾ ਛੱਡਿਓ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਫਿਲਮ ਲਈ ਮੈਸੇਜ ਦੇਣਾ ਚਾਹਾਂਗੀ ਕਿ ਇਹ ਨਾ ਹੀ ਸਿਰਫ ਐਂਟਰਟੇਨਿੰਗ ਫਿਲਮ ਹੈ ਬਲਕਿ ਸਾਨੂੰ ਸਿੱਖਿਆ ਦਿੰਦੀ ਹੈ, ਆਪਣੇ ਵਿਰਸੇ ਨਾਲ ਜੋੜਦੀ ਹੈ, ਅਤੇ ਇੱਕ ਬਹੁਤ ਹੀ ਪਰਿਵਾਰਿਕ ਫਿਲਮ ਹੈ, ਹਰ ਉਮਰ ਦੇ ਲੋਕ ਦੇਖ ਸਕਦੇ ਨੇ, ਹਰ ਫਾਦਰ ਆਪਣੀ ਬੇਟੀ ਨਾਲ ਬੈਠ ਕੇ ਦੇਖ ਸਕਦਾ, ਬ੍ਰਦਰ ਸਿਸਟਰ ਦੇਖ ਸਕਦੇ ਨੇ। ਮੈਂ ਪਰਸਨਲੀ ਬਿਲੀਵ ਕਰਦੀ ਹਾਂ ਕਿ ਕਿਸੇ ਨੂੰ ਲਾਈਫ ਵਿੱਚ ਹਰਟ ਨਾ ਕਰੋ। ਮੈਂ ਇੱਦਾਂ ਦੀ ਹਾਂ ਕਿ ਆਪਣਾ ਨੁਕਸਾਨ ਕਰ ਲੈਂਦੀ ਹਾਂ ਪਰ ਕਿਸੇ ਹੋਰ ਨੂੰ ਦੁਖੀ ਨਹੀਂ ਕਰ ਸਕਦੀ, ਕਿ ਕੋਈ ਦੂਜਾ ਬੰਦਾ ਥੋੜ੍ਹਾ ਜਿਹਾ ਵੀ ਦੁਖੀ ਹੋ ਜਾਵੇ ਤਾਂ ਮੈਨੂੰ ਦੋ ਦਿਨ ਨੀਂਦ ਨਹੀਂ ਆਉਂਦੀ। ਆਈ ਥਿੰਕ ਅਤੇ ਆਪਣੇ ਮਾਈਲਸਟੋਨ ਰੱਖੋ, ਡ੍ਰੀਮਸ ਰੱਖੋ, ਪਰ ਜੇ ਨਿਰਾਸ਼, ਜੇ ਪੂਰੇ ਨਹੀਂ ਹੁੰਦੇ ਤਾਂ ਨਿਰਾਸ਼ ਨਾ ਹੋ, ਕਿਉਂਕਿ ਜਿਹੜੇ ਫੇਲੀਅਰਸ ਨੇ ਲਾਈਫ ਵਿੱਚ ਉਹੀ ਸਾਨੂੰ ਸਿਖਾਉਂਦੇ ਨੇ, ਲਾਈਫ ਵਿੱਚ ਪੂਰੇ ਜੋਸ਼ ਨਾਲ, ਹਿੰਮਤ ਨਾਲ ਅੱਗੇ ਵਧਦੇ ਰਹੋ। ਥੈਂਕ ਯੂ, ਸਤਿ ਸ਼੍ਰੀ ਅਕਾਲ।